ਜੇ ਕਿਸੇ ਨੇ ਪਿਗ ਫਾਰਮ ਦੀ ਸ਼ੁਰੂਆਤ ਕਰਨੀ ਹੈ ਉਹ ਪਿਗਲੈਟਸ ਤੋਂ ਵੀ ਕਰ ਸਕਦਾ ਹੈ ਜਿਹੜੇ ਆਪਾਂ ਨੂੰ 2 ਮਹੀਨੇ ਦੇ ਮਾਰਕੀਟ 'ਚ ਅਵੇਲੇਬਲ ਹੁੰਦੇ ਨੇ ਅਤੇ ਉਹ ਗਿਲਟ ਤੋਂ ਵੀ ਕਰ ਸਕਦਾ ਹੈ। ਗਿਲਟ ਦਾ ਮਤਲਬ ਹੈ ਜਿਹੜੀ ਪ੍ਰੈਗਨੈਂਟ ਫੀਮੇਲ ਨਹੀਂ ਹੈ, ਫਸਟ ਟਾਈਮਰ ਹੈ, ਉਹਨੂੰ ਆਪਾਂ ਗਿਲਟ ਕਹਿੰਦੇ ਹਾਂ ਅਤੇ ਉਹਨੂੰ ਲਿਆ ਕੇ ਪ੍ਰੈਗਨੈਂਟ ਕਰ ਸਕਦੇ ਹਾਂ ਅਤੇ ਅੱਗੇ ਲਿਟਰ ਲੈ ਸਕਦੇ ਹਾਂ, ਜਾਂ ਆਪਾਂ ਪ੍ਰੈਗਨੈਂਟ ਫੀਮੇਲ ਲਿਆ ਕੇ ਵੀ ਆਪਣਾ ਕੰਮ ਸ਼ੁਰੂ ਕਰ ਸਕਦੇ ਹਾਂ। ਅਤੇ ਇਹ ਅਲੱਗ ਅਲੱਗ 3 ਤਰੀਕੇ ਨੇ। ਉਹ ਤੋਂ ਬਾਅਦ ਜਦ ਆਪਣੇ ਕੋਲ ਲਿਟਰ ਆ ਜਾਂਦਾ ਅਤੇ 2 ਮਹੀਨੇ ਤੋਂ ਏਜ ਤੋਂ ਇਹ ਲਿਟਰ ਦੇ ਬੱਚੇ ਆਪਾਂ ਵੇਚਣੇ ਸ਼ੁਰੂ ਕਰ ਸਕਦੇ ਹਾਂ, ਜਿਹੜੇ ਕਿ ਤਕਰੀਬਨ 3500 ਰੁਪਏ ਦਾ ਬੱਚਾ ਵਿਕ ਜਾਂਦਾ ਅਤੇ ਇੱਕ ਲਿਟਰ ਵਿੱਚ ਐਵਰੇਜ 10 ਕੁ ਬੱਚੇ ਆਉਂਦੇ ਨੇ ਇੱਕ ਫੀਮੇਲ ਦੇ। ਅਤੇ ਉਹ ਤੋਂ ਬਾਅਦ ਆਪਾਂ ਬੱਚਿਆਂ ਤੋਂ ਇਲਾਵਾ ਉਹੀ ਜਿਵੇਂ ਮੈਂ ਪਹਿਲਾਂ ਦੱਸਿਆ ਗਿਲਟ ਵੀ ਵੇਚ ਸਕਦੇ ਹਾਂ ਆਪਾਂ, ਪ੍ਰੈਗਨੈਂਟ ਫੀਮੇਲ ਵੀ ਵੇਚ ਸਕਦੇ ਹਾਂ ਔਰ ਮੇਲ ਵੀ ਵੇਚ ਸਕਦੇ ਹਾਂ, ਬੋਰ ਵੀ ਵੇਚ ਸਕਦੇ ਹਾਂ, ਜਿਹੜੇ ਕਿ ਅਲੱਗ ਅਲੱਗ ਪਰਪਸ ਲਈ ਹੋ ਜਾਂਦੇ ਹੈ। ਨਵਾਂ ਫਾਰਮ ਵੀ ਉਹਨਾਂ ਤੋਂ ਸ਼ੁਰੂ ਹੋ ਸਕਦਾ ਹੈ ਜਾਂ ਸਿਰਫ ਮੀਟ ਦੇ ਪਰਪਸ ਲਈ ਵੀ ਆਪਾਂ ਵੇਚ ਸਕਦੇ ਹਾਂ। ਇਹ ਅਲੱਗ ਅਲੱਗ ਤਰੀਕੇ ਹੈ ਜਿਹੜੇ ਆਪਾਂ ਯੂਜ਼ ਕਰ ਸਕਦੇ ਹਾਂ ਇਹ ਤਿਆਰ ਕਰਕੇ। ਪਹਿਲੀ ਗੱਲ ਤਾਂ ਇਹ ਇੱਕ ਜਿਹੜਾ ਪਿਗਲੇਟ ਹੈ ਉਹ ਕੁਇੰਟਲ ਦਾ ਹੋਣ ਨੂੰ ਤਕਰੀਬਨ 6 ਤੋਂ 7 ਮਹੀਨੇ ਲੈਂਦਾ ਹੈ ਔਰ ਇਹਦੇ ਵਿੱਚ ਆਪਾਂ ਨੂੰ ਤਕਰੀਬਨ ਇਹ 140 ਰੁਪਏ ਕਿਲੋ ਦੇ ਹਿਸਾਬ ਨਾਲ ਵਿਕਦਾ ਹੈ ਅਤੇ ਤਕਰੀਬਨ ਆਪਣਾ ਖਰਚਾ ਇਹਦੇ ਉੱਤੇ 10,000 ਰੁਪਏ ਹੋ ਜਾਂਦਾ ਤਿਆਰ ਕਰਨ 'ਤੇ। ਇਹਦਾ ਮਤਲਬ ਆਪਾਂ ਨੂੰ 4,000 ਰੁਪਏ ਮੁਨਾਫਾ ਇਹ ਸਿੱਧਾ ਸਿੱਧਾ ਦੇ ਕੇ ਜਾਂਦਾ।